ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਲਈ ਪੰਜਾਬੀ ਲਾਜ਼ਮੀ ਦਾ ਜਿਹੜੇ ਕੀ ਟੋਪਿਕ ਹੈ ਸੰਖੇਪ ਰਚਨਾ ਸੋ ਸੰਖੇਪ ਰਚਨਾ ਤੁਸੀਂ ਕਿਵੇਂ ਕਰਨੀ ਹੈ ਠੀਕ ਹੈ ਉਹ ਆਪਾਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਚ ਦੱਸਾਂਗੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਸਟੂਡੈਂਟਸ ਇਹ ਵੀ ਦੱਸੂਗੀ ਕਿ ਜੇ ਤੁਹਾਡੀ ਸੰਖੇਪ ਰਚਨਾ ਜਿਹੜੀ ਕੀ ਅ 5 ਅੰਕ ਤੋਂ ਉਹਦੀ ਸੰਖੇਪ ਰਚਨਾ ਕਰਨ ਦੇ ਨੇ ਤੇ 1 ਅੰਕ ਉਹਦਾ ਜਿਹੜੇ ਕੀ ਟਾਈਟਲ ਦਾ ਤਾਂ ਟੋਟਲ 6 ਅੰਕਾਂ ਦੀ ਸੰਖੇਪ ਰਚਨਾ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਸੰਖੇਪ ਰਚਨਾ ਨਹੀਂ ਛੱਡਣੀ ਠੀਕ ਹੈ ਸੋ ਜਿਹੜਾ 1 ਮਾਰਕ ਹੈ ਉਹ ਇਹਦਾ ਹੈ ਟਾਈਟਲ ਮਤਲਬ ਕਿ ਜਿਹੜਾ ਤੁਹਾਨੂੰ ਪੈਰਾ ਦਿੱਤਾ ਜਾਊਗਾ ਵੀ ਉਹ ਉਹਦਾ ਪੈਰੇ ਦਾ ਨਾਮ ਕੀ ਹੈ ਠੀਕ ਹੈ ਉਹ ਤੁਹਾਡੀ ਬੁੱਕ ਦੇ ਵਿੱਚੋਂ ਹੀ ਆਉਂਦੇ ਨੇ ਸਾਰੇ ਬੁੱਕ ਤੋਂ ਬਾਹਰ ਕੁਝ ਨਹੀਂ ਆਉਂਦਾ ਤੁਹਾਡੀ ਬੁੱਕ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ ਆਪਾਂ ਉਹੀ ਤੁਹਾਨੂੰ ਦੱਸਾਂਗੇ ਠੀਕ ਹੈ ਜਿਹੜੇ ਅਨਸਾਲਵਡ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸ ਦੂੰਗੀ ਵੀ ਉਹਨਾਂ ਦੇ ਜਿਹੜੇ ਕੀ ਸੰਖੇਪ ਰਚਨਾ ਠੁਕਮਾ ਸਿਰ ਲਿਖੀ ਹੈ ਤਾਂ ਕਿ ਤੁਹਾਡਾ ਉਹ 1 ਮਾਰਕ ਵੀ ਨਾ ਕਟੇ ਹੁਣ ਇਹਨੂੰ ਕਰਨ ਦਾ ਟੰਗ ਅ ਸੰਖੇਪ ਰਚਨਾ ਮਤਲਬ ਕਿ ਪੈਰੇ ਸੀ ਜਿਹਨੂੰ 1/3 ਬਣਾਉਣਾ ਹੁੰਦਾ ਇਹਦੇ ਵਿੱਚ ਸਟੂਡੈਂਟ ਇਹੀ ਹੁੰਦਾ ਕਿ ਜਿਹੜਾ ਵੀ ਤੁਹਾਨੂੰ ਪੈਰਾ ਦਿੱਤਾ ਹੁੰਦਾ ਉਹਨੂੰ ਰੀਡ ਕਰਨ ਤੋਂ ਬਾਅਦ ਉਹਦੇ ਜਿਹੜੇ ਸ਼ਬਦ ਗਿਣ ਕੇ ਉਹਨਾਂ ਨੂੰ 1/3 ਬਣਾਉਣਾ ਠੀਕ ਹੈ ਅਗਰ ਤੁਹਾਨੂੰ ਐਵੇਂ ਨਹੀਂ ਕਰਨਾ ਆਉਂਦਾ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਤਾਂ ਪੈਰਾ ਜਿਆਦਾ ਵੱਡਾ ਦਿੱਤਾ ਹੋਇਆ ਉਹਨੂੰ ਤੁਸੀਂ 5 ਜਾਂ 6 ਲਾਈਨਾਂ ਦੇ ਵਿੱਚ ਸਮ ਅਪ ਕਰ ਦੇਣਾ ਠੀਕ ਹੈ ਮਤਲਬ ਕਿ ਦੋ ਲਾਈਨਾਂ ਉੱਪਰੋਂ ਤੇ ਇੱਕ ਵਿਚਕਾਰੋਂ ਤੇ ਦੋ ਐਂਡ ਚੋਂ ਤੇ ਲਾਈਨ ਪੂਰੀ ਚੱਕਣੀ ਹੈ ਸਟੂਡੈਂਟਸ ਤੁਸੀਂ ਠੀਕ ਹੈ ਜਿੱਥੋਂ ਸ਼ੁਰੂ ਹੋ ਕੇ ਜਿੱਥੇ ਤੱਕ ਡੰਡੀ ਆ ਤੇ ਜਿਹੜਾ ਪੈਰਾ ਛੋਟਾ ਉਹਨੂੰ ਤੁਸੀਂ ਤਿੰਨ ਚਾਰ ਲਾਈਨਾਂ ਦੇ ਵਿੱਚ ਖਤਮ ਕਰ ਜਾਣਾ ਤਿੰਨ ਚਾਰ ਲਾਈਨਾਂ ਦੇ ਵਿੱਚ ਜਿਹੜਾ ਪੈਰਾ ਛੋਟਾ ਪੈਰਾ ਹੀ ਆਲਰੇਡੀ ਪਹਿਲਾਂ ਹੀ ਛੋਟਾ ਫਿਰ ਤੁਹਾਨੂੰ ਤਿੰਨ ਚਾਰ ਲਾਈਨਾਂ ਦੇ ਵਿੱਚ ਆਜੂ ਖਤਮ ਹੋ ਜਾਊਗਾ ਠੀਕ ਹੈ ਜੇ ਕੋਈ ਪੈਰਾ ਵੱਡਾ ਤਾਂ ਉਹਦੀ ਆ ਤੁਹਾਨੂੰ ਚਾਰ ਤੋਂ ਪੰਜ ਲਾਈਨਾਂ ਵੱਧ ਤੋਂ ਵੱਧ ਛੇ ਲਾਈਨਾਂ ਤੱਕ ਬਸ ਉਹਨੂੰ ਖਤਮ ਕਰ ਦਿਓ ਜੇ ਪੈਰਾ ਵੱਡਾ ਦਿੱਤਾ ਹੋਇਆ ਠੀ ਵੈਸੇ ਤਾਂ ਉਹਨੂੰ ਸਮਝ ਕੇ ਕਰਨਾ ਹੁੰਦਾ ਅਗਰ ਤੁਹਾਨੂੰ ਸਮਝ ਕੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਸਟਾਰਟਿੰਗ ਤੋਂ ਦੋ ਲਾਈਨਾਂ ਠੀਕ ਹੈ ਚਾਹੇ ਇੱਕ ਲਾਈਨ ਲਿਖ ਲਓ ਸਟਾਰਟਿੰਗ ਚੋਂ ਇੱਕ ਲਾਈਨ ਲਿਖ ਲਓ ਇੱਕ ਵਿਚਕਾਰੋਂ ਲਿਖ ਲਓ ਦੋ ਐਂਡ ਚੋਂ ਲਿਖ ਦੋ ਮਤਲਬ ਕਿ ਉਹਨੂੰ ਥੋੜਾ ਕਰਕੇ ਲਿਖਣਾ ਬਸ ਸੰਖੇਪ ਕਰਕੇ ਲਿਖਣਾ ਜਾਂ ਇਹ ਤੁਸੀਂ ਸੋਚ ਲਿਆ ਕਰੋ ਕਿ ਜਿਹੜਾ ਤੁਹਾਡੇ ਸਾਹਮਣੇ ਕੋਈ ਵੱਡਾ ਕੁਐਸਚਨ ਦਿੱਤਾ ਹੋਇਆ ਤੁਸੀਂ ਉਹਨੂੰ ਰੀਡ ਕਰਕੇ ਉਹਦਾ ਜਮੀ ਥੋੜਾ ਹਿੱਸਾ ਲਿਖਣਾ ਠੀਕ ਹੈ ਉਹਨੂੰ ਸੰਖੇਪ ਕਰਕੇ ਲਿਖਣਾ ਮਤਲਬ ਕਿ ਉਹਨੂੰ ਸ਼ਾਰਟਕਟ ਮਾਰ ਕੇ ਲਿਖਣਾ ਠੀਕ ਹੈ ਹੁਣ ਜਿਹੜਾ ਫਸਟ ਹੈ ਜਿਵੇਂ ਮੈਂ ਤੁਹਾਨੂੰ ਇਹ ਸਾਰੀਆਂ ਇੱਕ ਤਾਂ ਤੁਹਾਡੇ ਬੁੱਕ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ ਉਹ ਤੇ ਇੱਕ ਜਿਹੜੇ ਅਭਿਆਸ ਵਾਲੀਆਂ ਨੇ ਉਹ ਸਬਦੇ ਤੁਹਾਨੂੰ ਮੈਂ ਟਾਈਟਲ ਦੱਸੂਗੀ ਠੀਕ ਹੈ ਤਾਂ ਕਿ ਤੁਹਾਡਾ ਉਹ 1 ਮਾਰਕ ਨਾ ਕੱਟੇ ਬਾਕੀ ਤੁਸੀਂ ਲਿਖਤਾ ਤੁਸੀਂ ਦਉਂਗੇ ਤੇ ਸੰਖੇਪ ਰਚਨਾ ਤਾਂ ਹੋਈ ਜਾਂਦੀ ਹੁੰਦੀ ਆ ਤੇ ਬਾਰ-ਬਾਰ ਤੁਹਾਨੂੰ ਕਹਿ ਰਹੀ ਹਾਂ ਕਿ ਇਹਨੂੰ ਛੱਡਣਾ ਨਹੀਂ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਬੱਚੇ ਨੇ ਨਹੀਂ ਛੱਡਣਾ ਹੈਗਾ ਦੇਖੋ ਜਿਵੇਂ ਇਹਦੇ ਵਿੱਚ ਹੈ ਬਹੁਤ ਸਤਿਗੁਣੀ ਮਨੁੱਖ ਨੂੰ ਤਰੱਕੀ ਕਰਦਾ ਦੇਖ ਕੇ ਲੋਕ ਹੀਰਖਾ ਘੱਟ ਕਰਦੇ ਨੇ ਲੋਕ ਘਾਟੀਰਖਾ ਕਰਦੇ ਨੇ ਕਿਉਂਕਿ ਉਹ ਆਪਣੇ ਮਨ ਦੇ ਵਿੱਚ ਇਹ ਸਮਝਦੇ ਨੇ ਕਿ ਇਹ ਆਦਮੀ ਇਹ ਸਾਦਰ ਦਾ ਪਾਤਰ ਹੈ ਠੀਕ ਹੈ ਹੁਣ ਇਹ ਇੱਥੇ ਤੱਕ ਲਾਈਨ ਕੰਪਲੀਟ ਹੈ ਇਹਨੂੰ ਜਿਵੇਂ ਇੱਕ ਲਾਈਨ ਲਿਖ ਲਓ ਫਿਰ ਇਹਦੀ ਕੋਈ ਵੀ ਕੋਈ ਵੀ ਕਲੈਨ ਵਿਚਾਰੋ ਲਿਖ ਲਓ ਫਿਰ ਐਂਡ 'ਚ ਉਹ ਲਿਖ ਦਿਓ ਠੀਕ ਹੈ ਦੋ ਲਾਈਨਾਂ ਐਂਡ 'ਚ ਉਹ ਲਿਖ ਦਿਓ ਮਤਲਬ ਕਿ ਤੁਸੀਂ ਵੱਧ ਤੋਂ ਵੱਧ 6 ਵੱਧ ਤੋਂ ਵੱਧ 5 6 ਲਾਈਨਾਂ ਤੱਕ ਲੈ ਕੇ ਜਾਣਾ ਵੱਧ ਤੋਂ ਵੱਧ ਜੇ ਪੈਰਾ ਵੱਡਾ ਜੇ ਪੈਰਾ ਹੀ ਛੋਟਾ ਤਾਂ ਉਹਨੂੰ 3-4 ਲਾਈਨਾਂ ਦੇ ਵਿੱਚ ਕੰਪਲੀਟ ਕਰ ਦੇਣਾ ਠੀਕ ਹੈ ਉੱਪਰੋਂ ਲਾਈਨਾਂ ਇੱਕ ਵਿਚਾਰੋ ਐਂਡ 'ਚ ਉਹ ਲੈ ਕੇ ਬਸ ਤੇ ਹੁਣ ਇਹਦਾ ਸਿਰਲੇਖ ਕੀ ਹੈ ਤਾਂ ਤੁਸੀਂ ਇੱਕ ਇੱਕ ਲਾਈਨ ਪੜਨ ਤੋਂ ਬਾਅਦ ਇਹ ਪਤਾ ਉਹਨੂੰ ਸਿਰਲੇਖ ਦੱਸਦੇ ਆਂ ਵੀ ਇਹਦੇ ਵਿੱਚ ਈਰਖਾ ਵਾਰਿਆ ਤੁਸੀਂ ਦੇਖੋ ਇਹਦਾ ਤਾਂ ਕੀ ਆਜੂਗਾ ਸਿਰਲੇਖ ਈਰਖਾ ਦੇਖੋ ਇਹ ਐਨੇ ਪੈਰੇ ਦੇ ਇਹਨਾਂ ਨੇ ਕਿੰਨੀਆਂ ਲਾਈਨਾਂ ਰੱਤੀਆਂ ਹੋਈਆਂ ਨੇ 1 2 3 4 5 ਠੀਕ ਹੈ ਸਾਢੇ ਚਾਰ ਲਾਈਨਾਂ ਨੇ 5 ਤੱਕ ਕੰਪਲੀਟ ਨਹੀਂ ਹੈ ਠੀਕ ਹੈ ਮਤਲਬ ਕਿ ਤੁਸੀਂ ਐਨੇ ਕ ਲਾਈਨਾਂ ਚ ਇਹਨੂੰ ਐਵੇਂ ਕੰਪਲੀਟ ਕਰਨਾ ਹੁੰਦਾ ਉਸ ਤੋਂ ਬਾਅਦ ਸੈਕੰਡ ਹੈ ਸ੍ਰੀ ਰਮਨ ਦਾ ਘੋੜਾ ਹੈ ਜਿਸ ਤਰ੍ਹਾਂ ਮਨ ਇਸ ਨੂੰ ਚਲਾਉਂਦਾ ਹੈ ਉਸੇ ਤਰ੍ਹਾਂ ਚੱਲਦਾ ਹੈ ਤਾਂ ਇਸ ਪੈਰੇ ਦਾ ਜਿਹੜਾ ਸਿਰਲੇਖ ਹੈ ਤੰਦਰੁਸਤੀ ਮੈਂ ਤੁਹਾਨੂੰ ਸਰਲੇਖ ਯਾਦ ਕਰਵਾ ਰਹੀ ਹਾਂ ਕਿਉਂਕਿ ਮੈਨਸਨ ਖੇਪਾਚਨਾ ਤੁਸੀਂ ਕਰ ਦੇਵੋਗੇ ਮੈਂ ਤੁਹਾਨੂੰ ਸਮਝਾਤਾ ਕਿ ਤੁਸੀਂ ਉਹਨੂੰ ਕਿਵੇਂ ਕਰਨਾ ਵੀ ਮਤਲਬ ਕੀ ਬਸ ਜਿਹੜਾ ਵੱਡਾ ਪੈਰਾ ਉਹਨੂੰ ਤੁਸੀਂ 5 ਤੋਂ 6 ਲਾਈਨਾਂ ਦੇ ਵਿੱਚ ਲੈ ਕੇ ਜਾਣਾ ਜਿਹੜਾ ਛੋਟਾ ਉਹਨੂੰ ਤੁਸੀਂ 3 ਤੋਂ 4 ਲਾਈਨਾਂ ਦੇ ਵਿੱਚ ਕੰਪਲੀਟ ਕਰ ਦੇਣਾ ਉਹਨੇ ਪੈਰਾ ਛੋਟਾ ਦੇਖਿਓ ਇਹਦਾ 3 ਲਾਈਨਾਂ ਦੇ ਵਿੱਚ ਜਾਂ 4 ਲਾਈਨਾਂ ਚ ਹੋਊਗਾ ਦੇਖੋ ਠੀਕ ਹੈ ਕਰਨਾ ਕਿਵੇਂ ਤਾਂ ਹੁਣ ਮੈਂ ਲਾਈਨ ਦੱਸੀ ਹੈ ਕਿ ਲਾਈਨ ਪੂਰੀ ਤੋਂ ਪੂਰੀ ਲੈਣੀ ਹੈ ਠੀਕ ਹੈ ਜਿੱਥੇ ਤੱਕ ਲਾਈਨ ਹੈ ਜਿਵੇਂ ਇਹ ਲਾਈਨ ਇੱਥੇ ਤੱਕ ਖਤਮ ਹੋ ਰਹੀ ਇੱਕ ਲਾਈਨ ਹੋ ਗਈ ਉਸ ਤੋਂ ਬਾਅਦ ਅਗਲੀ ਲਾਈਨ ਜਿੱਥੇ ਫੁੱਲ ਸਟਾਪ ਆਉਥੇ ਸੈਕੰਡ ਲਾਈਨ ਹੋ ਗਈ ਖਤਮ ਐਵੇਂ ਇਹ ਰਿਕ ਵਿਚਕਾਰ ਉਹ ਇੱਕ ਅੰਡ ਚਾਹ ਲੈਣਾ ਚ ਖਤਮ ਕਰ ਦੋ ਠੀਕ ਹੈ ਅਗਲਾ ਹੈ ਅਰਦਾਸ ਦਾ ਅਸਲ ਮੰਤਵ ਦਾਤਾ ਮੰਗਣੀ ਨਹੀਂ ਤਾਂ ਇਹਦੇ ਵਿੱਚ ਅਰਦਾਸ ਦਾ ਮੰਤਵ ਆ ਜਾਊਗਾ ਠੀਕ ਹੈ ਸਰਲੇਗਾ ਦੇਖੋ ਹੁਣ ਅਰਦਾਸ ਵਾਲੇ ਬਾਰੇ ਇਹਨੂੰ ਕਿੱਦਾਂ ਕਰ ਰੱਖਿਆ ਇਹਨੂੰ ਯਾਦ ਨਹੀਂ ਕਰਨਾ ਹੈ ਸਿਰਫ ਸਮਝਣਾ ਠੀਕ ਹੈ ਫੋਰਥ ਹੈ ਅੰਗਰੇਜ਼ੀ ਦੇ ਇੱਕ ਲੇਖਕ ਲਿਖਾਰੀ ਨੇ ਕਿਹਾ ਕਿ ਰਾਤ ਨੂੰ ਛੇਤੀ ਸੌਂ ਜਾਣ ਨਾਲ ਸਵੇਰੇ ਤੜਕੇ ਉੱਠਣ ਨਾਲ ਸਿਹਤ ਤਨ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਨੇ ਤਾਂ ਇਹਦੇ ਵਿੱਚ ਕੀ ਆਜੂਗਾ ਤੜਕੇ ਉੱਠਣਾ ਸਰਲੇਖ ਕੀ ਆਜੂਗਾ ਤੜਕੇ ਉੱਠਣਾ ਛੇਤੀ ਉੱਠਣਾ ਠੀਕ ਹੈ ਹੁਣ ਇਹ ਪੈਰਾ ਛੋਟਾ ਦੇਖਿਓ ਇਹਦੀ ਸੰਖੇਪ ਰਚਨਾ ਛੋਟੀ ਹੋਊਗੀ ਸਾਢੇ 3 ਲਾਈਨਾਂ ਚ ਠੀਕ ਹੈ ਅੱਗੇ ਹੈ ਕੋਈ ਕੋਈ ਡਰ ਲੋ ਜਲ ਦਾ ਡਰ ਅੱਗ ਦਾ ਡਰ ਹਮੀ ਦਾ ਮੀਹ ਹਨੇਰੀ ਬਿਜਲੀ ਦਾ ਡਰ ਤਾਂ ਇਹਦੇ ਵਿੱਚ ਕੀ ਆਜੂਗਾ ਸਰਲੇਖ ਮਰਨ ਦਾ ਡਰ ਠੀਕ ਆ ਮਰਨ ਦਾ ਡਰ ਤੇ ਹੁਣ ਦੇਖੋ ਤਿੰਨ ਲਾਈਨਾਂ ਚ ਕਿਉਂਕਿ ਪਹਿਰੇ ਛੋਟਾ ਠੀਕ ਹੈ ਤਿੰਨ ਲਾਈਨਾਂ ਚ ਕੰਪਲੀਟ ਕਰਤਾ ਢਾਈ ਚ ਹੈ ਠੀਕ ਹੈ ਤੇ ਦਿੱਤਾ ਕੰਪਲੀਟ ਵੀ ਨਹੀਂ ਹੈ ਮਤਲਬ ਕਿ ਐਵੇਂ ਸਮਝ ਜਾਓਗੇ ਤੁਸੀਂ ਫਿਰ ਉਹਵੇਂ ਵਧੀਆ ਢੰਗ ਦੇ ਨਾਲ ਬਣਾਈ ਜਾਊਗੀ ਸਰਲੇਖ ਚੋਂ ਨੰਬਰ ਨਹੀਂ ਕਟਵਾਉਣੇ 6 ਤੇ 6 ਤੁਹਾਡੇ ਚੋਂ ਆ ਜਾਣ ਅੱਗੇ ਆਗ ਦੀ ਸੂ ਵਰਤੋਂ ਇਨਸਾਨ ਕਰਦੇ ਰਹਿੰਦੇ ਹਨ ਤਾਂ ਜਿਸ ਦੀ ਪ੍ਰਤਾਪੀ ਸ਼ਕਤੀ ਕਾਰਨ ਹੀ ਆਗ ਨੂੰ ਅਗਨੀ ਦੇਵਤਾ ਕਿਹਾ ਜਾਂਦਾ ਤੇ ਇਹਦੇ ਵਿੱਚ ਅਗ ਦੀ ਅਗ ਦੀ ਉਪਯੋਗੀ ਵਰਤੋਂ ਆ ਗਿਆ ਠੀਕ ਹੈ ਹੁਣ ਇਹ ਵੀ ਪੈਰਾ ਛੋਟਾ ਦੇਖੋ 125 ਸ਼ਬਦ ਦੇ ਇਹਦੇ ਵੀ ਸਿਰਫ ਤਿੰਨ ਲਾਈਨਾਂ ਚ ਇਹਨੂੰ ਕੰਪਲੀਟ ਕਰਦਾ ਠੀਕ ਹੈ ਨੈਕਸਟ ਹੈ ਪੰਜਾਬੀ ਜਨ ਜੀਵਨ ਵੱਖ-ਵੱਖ ਰਸਮਾਂ ਰਿਵਾਜਾਂ ਦਾ ਉਹ ਨਾਲ ਉਤਪੋਤ ਹੈ ਹਰੇਕ ਕਬੀਲੇ ਜਾਤ ਧਰਮ ਤੇ ਲੋਕਾਂ ਦੇ ਨਾਲ ਆਪਣੇ ਆਪਣੇ ਰਿਵਾਜ ਨੇ ਤੇ ਇਹਦੇ ਵਿੱਚ ਸਿਰਲੇਖ ਇਹ ਆਜੂਗਾ ਰਸਮਾਂ ਰਿਵਾਜਾਂ ਦੀ ਮਹੱਤਤਾ ਠੀਕ ਹੈ ਇਹ ਵੀ ਛੋਟਾ ਤੁਸੀਂ ਦੇਖਿਓ ਇਹਦੀ ਵੀ ਸੰਖੇਪ ਰਚਨਾ ਛੋਟੀ ਹੋਊਗੀ ਠੀਕ ਹੈ ਮਤਲਬ ਕਿ ਜਿਹੜਾ ਕੋਈ ਪੈਰਾ ਵੱਡਾ ਦਿੱਤਾ ਹੋਇਆ ਸਾਨੂੰ ਕੋਈ ਪੈਰਾ ਉਹਨੂੰ ਇਹ ਸੋਚ ਕੇ ਲਿਖਣਾ ਕਿ ਇਹਦਾ ਤੁਸੀਂ ਬਹੁਤ ਸ਼ੋਰਟ ਅ ਤੀਜਾ ਹਿੱਸਾ ਲਿਖਣਾ ਇਹਦਾ ਠੀਕ ਹੈ ਵੀ ਜਿਹੜਾ ਪੈਰਾ ਉਹਦਾ ਤੀਜਾ ਹਿੱਸਾ ਲਿਖਣਾ ਅੱਗੇ ਹੈ ਕੀ ਘਰ ਵੱਡਿਆ ਵੱਡਿਆਂ ਲਈ ਹੈ ਜਾਂ ਬੱਚਿਆਂ ਵਾਸਤੇ ਕੀ ਘਰ ਵੱਡਿਆਂ ਲਈ ਹੈ ਜਾਂ ਬੱਚਿਆਂ ਵਾਸਤੇ ਕੀ ਘਰ ਦਾ ਪ੍ਰੋਗਰਾਮ ਬੱਚਿਆਂ ਨੂੰ ਮੁੱਖ ਰੱਖ ਕੇ ਬਣਾਉਣਾ ਬਣਾਉਣਾ ਚਾਹੀਦਾ ਤਾਂ ਇਹਦੇ ਵਿੱਚ ਕੀ ਆ ਜਾਊਗਾ ਬੱਚਿਆਂ ਦੀ ਬੱਚਿਆਂ ਦੀ ਪਾਲਣਾ ਠੀਕ ਹੈ ਸਰਲੇਖ ਮੈਂ ਸਿਰ ਪਹਿਲੀ ਪਹਿਲੀ ਲਾਈਨ ਤੋਂ ਤੁਹਾਨੂੰ ਸਰਲੇਖ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਪਹਿਚਾਣ ਆ ਜਾਵੇ ਠੀਕ ਹੈ ਅੱਗੇ ਹੈ ਸਾਡੇ ਅਨੇਕਾ ਨੌਜਵਾਨ ਜ਼ਿੰਦਗੀ ਦੇ ਚੌਰਾਸੇ ਉੱਤੇ ਦਾਵਾ ਡੋਲ ਖੜੋਤੇ ਦਿਖਾਈ ਦੇ ਰਹੇ ਨੇ ਤਹਾ ਉਹ ਹਰ ਪਾਸੇ ਵੇਖ ਰਹੇ ਨੇ ਤੇ ਇਹਦੇ ਵਿੱਚ ਕੀ ਆਜੂਗਾ ਕਿੱਤੇ ਦੀ ਚੋਣ ਠੀਕ ਹੈ ਕਿੱਤੇ ਦੀ ਚੋਣ ਬਾਕੀ ਤੁਸੀਂ ਇਹਨੂੰ ਦੋ ਵਾਰ ਰੀਡ ਕਰੋਗੇ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਨੀ ਹੁੰਦੀ ਹੈ ਚਲੋ ਆਪਾਂ ਤੁਹਾਡਾ ਟਾਈਮ ਬਚਾ ਰਹੇ ਹਾਂ ਕਿ ਤੁਹਾਨੂੰ ਪਹਿਲੀ ਪਹਿਲੀ ਲਾਈਨ ਚ ਪਤਾ ਲੱਗ ਜੇ ਠੀਕ ਹੈ ਅੱਗੇ ਹੈ ਲੰਡਨ ਬੜਾ ਭਾਰੀ ਸ਼ਹਿਰ ਹੈ ਪਰ ਇੱਥੇ ਜੇ ਤੁਹਾਡਾ ਕੋਈ ਦੋਸਤ ਨਾ ਹੋਵੇ ਤੁਸੀਂ ਬਹੁਤ ਇਕੱਲ ਤੇ ਉਦਾਸੀ ਮਹਿਸੂਸ ਕਰਦੇ ਹੋ ਤਾਂ ਇਹਦੇ ਵਿੱਚ ਸਿਰਲੇਖ ਕੀ ਆਜੂਗਾ ਲੰਡਨ ਦੀ ਜ਼ਿੰਦਗੀ ਲੰਡਨ ਦੀ ਜ਼ਿੰਦਗੀ ਅੱਗੇ ਆ ਸੁਲੱਖਣਾ ਬੰਦਾ ਵੱਡਿਆਂ ਦਾ ਸਤਿਕਾਰ ਕਰਦਾ ਹੈ ਉਹਨਾਂ ਨੂੰ ਪਹਿਲ ਦਿੰਦਾ ਹੈ ਤੇ ਬਰਾਬਰ ਦੇ ਆਮਾਨ ਕਰਦਾ ਹੈ ਛੋਟਾ ਨਾਦਰ ਕਰਦਾ ਹੈ ਤਾਂ ਇਹਦੇ ਵਿੱਚ ਕੀ ਆ ਜੂਗਾ ਸੌ ਮਨੁੱਖ ਦੇ ਲੱਛਣ ਸੁਲੱਖਣਾਂ ਬੰਦੇ ਤੋਂ ਕੀ ਆ ਜੂਗਾ ਸੌ ਮਨੁੱਖ ਦੇ ਲੱਛਣ ਸੁਲੱਖਣੇ ਬੰਦੇ ਦੇ ਤੁਸੀਂ ਵੀ ਕਰ ਸਕਦੇ ਹੋ ਵੀ ਲੱਛਣ ਠੀਕ ਹੈ ਵਿਸ਼ੇਸ਼ਤਾਵਾਂ ਅੱਗਿਆ ਹੈ ਬੱਚੇ ਨੂੰ ਮਰਿਆਦਾ ਦਾ ਸਬਕ ਦੇਣਾ ਬੜੀ ਸਿਆਣਪ ਮੰਗਦਾ ਹੈ ਬੱਚੇ ਦੀ ਫਿਤਰਤ ਮਰਿਆਦਾ ਦੇ ਵਿਰੁੱਧ ਹੁੰਦੀ ਹੈ ਜਦੋਂ ਮਾਪੇ ਉਸਦੀ ਫਿਤਰਤ ਦੇ ਵਿਰੁੱਧ ਬੇਮਾਚੀ ਸਿੱਖਿਆ ਦਿੰਦੇ ਤਾਂ ਉਸ ਬੱਚੇ ਵਿੱਚ ਝੂਠ ਬੋਲਣਾ ਚੋਰੀ ਕਰਨਾ ਆਦਤ ਆ ਜਾਂਦੀ ਹੈ ਤੇ ਇਹਦੇ ਵਿੱਚ ਆ ਜਾਊਗਾ ਬੱਚੇ ਅਤੇ ਮਰਿਆਦਾ ਸਰਲੇਖ ਅੱਗੇ ਹੈ ਜਿਵੇਂ ਕੀ ਤੇ ਹਾਈ ਲੋਕ ਪਾਣੀ ਬਾਰੇ ਸੋਚਦੇ ਹਨ ਉਸੇ ਤਰ੍ਹਾਂ ਅੰਗਰੇਜ਼ਾਂ ਦੇ ਜਮਾਨੇ ਵਿੱਚ ਅਸੀਂ ਆਜ਼ਾਦੀ ਬਾਰੇ ਸੋਚਿਆ ਕਰਦੇ ਸੀ ਤਾਂ ਇਹਦੇ ਵਿੱਚ ਸਰਲੇਖ ਕੀ ਆ ਜਾਊਗਾ ਗੁਲਾਮੀ ਤੇ ਭਾਰਤੀ ਨੇਤਾ ਗੁਲਾਮੀ ਤੇ ਭਾਰਤੀ ਨੇਤਾ ਹਾਂਜੀ ਅੱਗੇ ਸੰਖੇਪ ਰਚਨਾ ਕੀ ਅਭਿਆਸ ਵਾਲੀ ਜਿਸ ਜ਼ਿੰਦਗੀ ਦਾ ਮਕਸਦ ਨਹੀਂ ਉਹ ਜ਼ਿੰਦਗੀ ਨਹੀਂ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਮਕਸਦ ਨਜ਼ਰ ਆਉਂਦੀ ਹੈ ਉਹ ਜ਼ਿੰਦਗੀ ਜੁਂਦੇ ਹਨ ਤਾਂ ਇਹਦੇ ਵਿੱਚ ਸਰਲੇਖ ਕੀ ਆ ਜੂਗਾ ਮਕਸਦ ਭਰਪੂਰ ਜ਼ਿੰਦਗੀ ਸਰਲੇਖ ਕੀ ਆ ਗਿਆ ਮਕਸਦ ਭਰਪੂਰ ਜ਼ਿੰਦਗੀ ਤੇ ਹੁਣ ਇਹ ਪੈਰਾ ਵੱਡਾ ਇਹਦੇ ਤੋਂ ਤੁਸੀਂ ਜਿਹੜਾ ਪੈਰਾ ਵੱਡਾ ਹੋਊਗਾ ਉਹਨੂੰ بس ਤੁਸੀਂ 6 ਲਾਈਨਾਂ ਤੱਕ ਲੈ ਜਾਣਾ 5 ਤੋਂ 6 ਲਾਈਨਾਂ ਦੇ ਵਿੱਚ ਜਿਹੜਾ ਛੋਟਾ ਉਹਨੂੰ 3 ਤੋਂ 4 ਲਾਈਨਾਂ ਦੇ ਵਿੱਚ ਲਿਖਣਾ ਠੀਕ ਹੈ ਅੱਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਛਿੱਲੇ ਪਦਾਰਥਾਂ ਦਾ ਇਸਤੇਮਾਲ ਦੁਨੀਆ ਭਰ ਦੇ ਵਿੱਚ ਇਨਸਾਨੀ ਸਿਹਤ ਅਤੇ ਸਮਾਜਿਕ ਗੰਭੀਰ ਚੁਣੌਤੀ ਦਾ ਰੂਪ ਧਾਰਨ ਕਰ ਚੁੱਕਾ ਹੈ ਤੇ ਇਹਦੇ ਵਿੱਚ ਸਿਰਲੇਖ ਆਜੂਗਾ ਨਸ਼ੇਵਾਦੀ ਨੈਕਸਟ ਹੈ ਤੁਹਾਡੇ ਭਾਗਾਂ ਵਿੱਚ ਤਣਾੜ ਹੋਣਾ ਜੇਕਰ ਨਾ ਵੀ ਆਇਆ ਹੋਵੇ ਤਾਂ ਤੁਹਾਡਾ ਛੋਟਾ ਜਿਹਾ ਮਕਾਨ ਤਾਂ ਗਰੀਬੀ ਦੁਆਬੇ ਦਾਬੇ ਦੀ ਗਰੀਬੀ ਦਾਬੇ ਦੀ ਝੁੱਗੀ ਤੇ ਇਸ ਵਿੱਚ ਵਸਣ ਵਾਲੇ ਕਿਸੇ ਸੁਨੇਹੀ ਸਬੰਧੀ ਦਾ ਮਧੂਰ ਚਿਹਰਾ ਇਹਨਾਂ ਚੀਜ਼ਾਂ ਨਾਲ ਤੁਹਾਡਾ ਪਿਆਰ ਇਹ ਸਭ ਚੀਜ਼ਾਂ ਆਪਣੇ ਆਪ ਵਿੱਚ ਤੁਹਾਡੀ ਦੁਨੀਆ ਬਣ ਜਾਂਦੀਆਂ ਹਨ ਤਾਂ ਇਹ ਦੇ ਵਿੱਚ ਕੀ ਆ ਜਾਊਗਾ ਸਰਲੇਖ ਅਸਮਾਨੀ ਬਾਦਸ਼ਾਹੀ ਜਾਂ ਗਰੀਬ ਦਾ ਜੀਵਨ ਅਸਮਾਨੀ ਬਾਦਸ਼ਾਹੀ ਜਾਂ ਗਰੀਬ ਦਾ ਜੀਵਨ ਅੱਗੇ ਹੈ ਅੱਜ ਚੰਦ ਨਹੀਂ ਚੜਿਆ ਪਰ ਚੰਦਾ ਸੁੰਦਰਤਾ ਨੀਰੀ ਤੇਰੀ ਹੀ ਤਾਂ ਮੁਥਾਜ਼ ਨਹੀਂ ਸੁੰਦਰਤਾ ਇੱਕ ਇਲਾਹੀ ਜਲਵਾ ਹੈ ਕਦੇ ਤੇਰੇ ਤਾਂ ਇਹਦੇ ਵਿੱਚੋਂ ਜਿਹੜੇ ਕੀ ਆ ਜਾਊਗਾ ਸਰਲੇਖ ਸੁੰਦਰਤਾ ਠੀਕ ਹੈ ਸੁੰਦਰਤਾ ਅੱਗੇ ਹੈ ਹਰ ਘਰ ਦੇ ਵਿੱਚ ਬੱਚਤ ਦਾ ਬਹੁਤ ਜ਼ਰੂਰੀ ਹੈ ਸ਼ੁਰੂ-ਸ਼ੁਰੂ ਵਿੱਚ ਕੱਪੜੇ ਕੋਲ ਹੋਣ ਕਰਕੇ ਤੇ ਘਰ ਦੇ ਦੋ ਹੀ ਜੀ ਹੋਣ ਕਰਕੇ ਕੁਝ ਵੇਪਰ ਵਾਂਗੋਂ ਤੋਂ ਕਮ ਲੈਂਦੇ ਨੇ ਮਤਲਬ ਕਿ ਇਹਦੇ ਵਿੱਚ ਕੀ ਆਜੂਗਾ ਸਰਲੇਖ ਬੱਚਤ ਬਾਰੇ ਆਜੂਗਾ ਠੀਕ ਹੈ ਬੱਚਤ ਅੱਗੇ ਹੈ ਤੰਨਣੇ ਉਹ ਨੈਣ ਜੋ ਕਦੇ-ਕਦਾਈ ਪ੍ਰੇਮ ਨੀਰ ਨਾਲ ਭਰ ਆਉਂਦੇ ਹਨ ਤਾਂ ਇਹਦੇ ਵਿੱਚ ਨੈਣਾ ਤੋਂ ਤੁਹਾਨੂੰ ਯਾਦ ਆਜੂਗਾ ਨੈਣਾ ਦੀ ਪ੍ਰੇਮ ਧਾਰਾ ਦਾ ਇਸ਼ਨਾਨ ਠੀਕ ਹੈ ਨੈਣਾ ਦੀ ਪ੍ਰੇਮ ਧਾਰਾ ਦਾ ਇਸ਼ਨਾਨ ਅੱਗੇ ਹੈ ਕੀਰਤ ਕਰਨਾ ਇਹ ਬਹੁਤ ਛੋਟਾ ਹੁਣ ਇਹਦੀ ਸੰਖੇਪ ਰਚਨਾ ਵੀ ਤਿੰਨ 22 ਤਈ ਤਿੰਨ ਲਾਈਨਾਂ ਚ ਲਿਖੀ ਜਾਊਗੀ ਠੀਕ ਹੈ 22 ਤੋਂ ਤਨ ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੈ ਤਾਂ ਇਹਦੇ ਵਿੱਚ ਕਿਰਤ ਤੋਂ ਹੀ ਪਤਾ ਲੱਗ ਰਿਹਾ ਕਿਰਤ ਕਰਨਾ ਸਰਲੇਖ ਹੈ ਅੱਗੇ ਹੈ ਚੋਣ ਪ੍ਰਣਾਲੀ ਲੋਕ ਰਾਜ ਦਾ ਮੁੱਢ ਹੈ ਲੋਕ ਰਾਜ ਦਾ ਸੁਪਨਾ ਵੇਖਣ ਵਾਲਿਆਂ ਨੇ ਵੋਟਾਂ ਦਾ ਹੱਕ ਹਰ ਇੱਕ ਨੂੰ ਦੇਣਾ ਇਸ ਲਈ ਠੀਕ ਸਮਝਾ ਤਾਂ ਇਹਦੇ ਵਿੱਚ ਕੀ ਆ ਜੂਗਾ ਸਰਲੇਖ ਲੋਕ ਰਾਜ ਤੇ ਵੋਟਾਂ ਲੋਕ ਰਾਜ ਤੇ ਵੋਟਾਂ ਅੱਗੇ ਹੈ ਆਮ ਜ਼ਿੰਦਗੀ ਵਿੱਚ ਵੀ ਵੇਖਿਆ ਜਾਵੇ ਤਾਂ ਕੋਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਨੇ ਇਹ ਚੰਗੀ ਪਰਵਰੇਸ਼ ਦਾ ਨਤੀਜਾ ਹੈ ਪਰ ਕੰਨਾਂ ਦੀ ਤਬੀਅਤ ਪੂਰੀ ਚੰਗਿਆੜੀਆਂ ਵਰਗੀ ਹੁੰਦੀ ਹੈ ਚੰਗਿਆੜੀਆਂ ਵਰਗੀ ਹੁੰਦੀ ਹੈ ਤਾਂ ਇਹਦੇ ਵਿੱਚ ਕੀ ਆਜੂਗਾ ਮਨੁੱਖੀ ਸ਼ਖਸੀਅਤ ਤੇ ਬਚਪਨ ਸਰਲੇਖੀ ਆਮ ਜ਼ਿੰਦਗੀ ਵਿੱਚ ਵੇਖਿਆ ਜਾਵੇ ਤਾਂ ਇਹਦੇ ਵਿੱਚ ਸਰਲੇਖ ਆਜੂਗਾ ਮਨੁੱਖੀ ਮਨੁੱਖੀ ਸ਼ਖਸੀਅਤ ਤੇ ਬਚਪਨ ਅੱਗੇ ਹੈ ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਵਰਦੀ ਚੋਣ ਕਰਨੀ ਹੈ ਵਰਦੀ ਚੋਣ ਕਰਨ ਸਮੇ ਬਹੁਤ ਵਾਰੀ ਲੜਕੀ ਦੀ ਮਰਜ਼ੀ ਓਕਾ ਹੀ ਨਹੀਂ ਪੁੱਛੀ ਜਾਂਦੀ ਤਾਂ ਇਹਦੇ ਵਿੱਚ ਕੀ ਆਜੂਗਾ ਵਰਦੀ ਚੋਂ ਸਰਲੇਖ ਨੈਕਸਟ ਹੈ ਦੋਸਤੀ ਜ਼ਿੰਦਗੀ ਦੀ ਰੌਣਕ ਤੇ ਨਿਗਹ ਹੁੰਦੀ ਹੈ ਦੋਸਤੀ ਬਿਮਾਰੀ ਲਈ ਦਵਾਈ ਦਾ ਕੰਮ ਕਰਦੀ ਹੈ ਤਾਂ ਸਰਲੇਖ ਹੀ ਆ ਜਾਊਗਾ ਦੋਸਤੀ ਠੀਕ ਹੈ ਨੈਕਸਟ ਹੈ ਹਾਂਜੀ ਹੋਮੇ ਹੰਕਾਰ ਮਨੁੱਖ ਦੀ ਪ੍ਰਕਿਰਤਿਕ ਪ੍ਰਵਿਰਤੀ ਚ ਹੀ ਹੈ ਤੇ ਇਹਦੇ ਵਿੱਚ ਕੀ ਆ ਜਾਊਗਾ ਹੋਮੇ ਹੰਕਾਰ ਸਰਲੇਖ ਸੋ ਏਸੀ ਤੁਹਾਡੇ ਸਰਲੇਖ ਤਾਂ ਕਿ ਤੁਹਾਡਾ 1 ਮਾਰਕ ਵੀ ਨਾ ਕਟੇ ਠੀਕ ਹੈ 1 ਮਾਰਕਸ ਤੇ ਇਸ ਤੋਂ ਇਲਾਵਾ ਜਿਹੜਾ ਸੰਖੇਪ ਰਚਨਾ ਕਰਨੀ ਕਿਵੇਂ ਉਹ ਤੁਹਾਨੂੰ ਮੈਂ ਦੱਸਦਾ ਹੁਣ ਇਹਦੇ ਵਿੱਚੋਂ ਤੁਹਾਡੇ ਛੇ ਦੇ 체 ਮਾਰਕਸ ਜੜੇ ਕੀ ਪੱਕੇ ਹੋ ਜਾਣਗੇ। ਥੈਂਕਸ